ਸੱਤ ਤੇ ਨੌ ਸੀ ਸਾਲ ਉੱਤੋਂ ਸ਼ੇਰਾਂ ਵਰਗੀ ਚਾਲ ਮੱਥੇ ਕਰਗੀਆਂ ਪੰਜ ਕਕਾਰ ਉੱਤੋਂ ਜੁੱਸਾ ਵਾ ਕਮਾਲ ਤੁਰੇ ਜਾਣ ਮੜਕ ਦੇ ਨਾਲ ਬਈ ਨਾਲ ਬਈ ਹੌਸਲੇ ਮੁਗਲਾਂ ਦੇ ਕਰਕੇ ਬੇਹਾਲ ਚਿਹਰੀ ਲੱਗੀ ਜਕਾਰਾ ਗੂੰਜਿਆ ਜਦੋਂ ਬੋਲੇ ਸੋਨੇ ਹਾਲ ਪਾਪੀ ਇੱਕ ਦੂਜੇ ਵੱਲ ਵੇਖਦੇ ਮੱਚਿਆ ਚਾਰੇ ਪਾਸੇ ਬਵਾਲ ਅੱਖ ਬਾਜ ਇੱਕ ਤਾਣ ਖੜੇ ਸੂਰਮੇ ਸੂਰਮੇ ਲਿਵ ਅਕਾਲ ਪੁਰਖ ਦੇ ਨਾਲ ਨਾ ਕੋਈ ਕੰਬਲ ਨਾ ਕੋਈ ਖੇਸ ਨੀਲਾ ਕੋੜਾ ਮੋਢੇ ਤੇ ਬਾਜ ਬਈ ਪਿਤਾ ਬਾਦਸ਼ਾਹ ਏ ਦਰਵੇਸ਼ ਵੱਡੇ ਲਾਲਚ ਦਿੱਤੇ ਵਜ਼ੀਰ ਨੇ ਨਾ ਚੱਲੀ ਸੂਰਮਿਆਂ ਅੱਗੇ ਪੇਸ਼